मौके ते मौजूद ने सोनिया मान जो के बहुत लोगों के दिलों से राज करते ने खिलाफ बोलूंगी ही बदलन दे नाल सही नहीं होना। 117 सीटां दे उत्ते जिहड़े MLA खड़े करदे हो उन्हां नूं भी चेंज करो। जिहड़ी कालाबाजारी जिहड़ी रेता माफिया उन्हां जिहड़े करदे ने उन्हां नूं भी चेंज करो तां जाके इनकलाब आऊगा। मैं नवजोत सिंह सिद्धू जी नूं इह कहना चाहुंदी हां वी पंजाब दी जिहड़ी सियासत आ अज कांग्रेस दी चन्नी साहब तुसीं लिआंदे पंजाब नूं धर्मां जातां दे विच ना वंडो। पंजाब साडा यूनाइटेड आ, साडे पंजाब दे विच कोई फर्क नहीं पैंदा कोई दलित चेहरा आवे कोई फर्क नहीं पैंदा कोई हिंदू चेहरा आवे सिख चेहरा आवे आपां सारे एक बराबर आ। सानू नहीं फर्क पैंदा, सानू फर्क पैंदा आ वी चंगा बंदा होना चाहीदा भाई। जगबाणी टीवी देख रहे हो तुसी साडे नाल मौके ते मौजूद ने सोनिया मान जो कि बहुत लोगों के दिलों से राज करते ने ते बहुत लोगों दीआं अखां दे विच रड़कदे भी ने। मान जी स्वागत है। सोनिया मैम किवें देखदे हो बहुत सारे लोग ने जिन्हां दे दिलां ते तुसी राज भी करदे हो ਤੁਹਾਨੂੰ ਲੋਕ ਪਸੰਦ ਵੀ ਕਰਦੇ ਨੇ ਕਿਸਾਨ ਅੰਦੋਲਨ ਨੂੰ ਜਦੋਂ ਲੈ ਕੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹੋ ਤਾੜੀਆਂ ਮਾਰਦੇ ਨੇ ਤੁਹਾਡਾ ਸਵਾਗਤ ਕਰਦੇ ਨੇ ਕੀ ਸੰਦੇਸ਼ ਹੈ ਉਹਨਾਂ ਲੋਕਾਂ ਦੇ ਲਈ? ਦੇਖੋ ਜੀ ਇਹੀ ਸੰਦੇਸ਼ ਹੈ ਉਹਨਾਂ ਲੋਕਾਂ ਵਾਸਤੇ ਕਿ ਜਿਹੜੇ ਮਨੋਬਲ ਬਣਾਉਂਦੇ ਨੇ ਔਰ ਇੰਨੀ ਇਨਕਰੇਜਮੈਂਟ ਦਿੰਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਹੀ ਅੱਜ ਮੈਂ ਪੰਜਾਬ ਦਾ ਮਾਨ ਲੈ ਕੇ ਯੂਪੀ ਜਾਂਦੀ ਹਾਂ। ਜਦੋਂ ਅੱਜ ਮੈਨੂੰ ਯੂਪੀ ਦੇ ਵਿੱਚ ਸੱਦਿਆ ਜਾਂਦਾ ਹੈ ਉਹ ਇਕੱਲੀ ਸੋਨੀਆ ਮਾਨ ਨੂੰ ਨਹੀਂ ਸੱਦਿਆ ਜਾਂਦਾ, ਉਹ ਪੰਜਾਬ ਦੀ ਧੀ ਨੂੰ ਸੱਦਿਆ ਜਾਂਦਾ ਹੈ ਕਿਉਂਕਿ ਪੰਜਾਬ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀਗਾ। ਕਿਤੇ ਨਾ ਕਿਤੇ ਸਾਰੀਆਂ ਸਟੇਟਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾ ਜਾਗਰੂਕਤਾ ਆ। ਇਸੇ ਤਰੀਕੇ ਦੇ ਨਾਲ ਉਹ ਸੋਚਦੇ ਨੇ ਕਿ ਮੈਂ ਯੂਪੀ ਜਾ ਕੇ ਵੀ ਉਸੇ ਤਰੀਕੇ ਦੇ ਨਾਲ ਜਾਗਰੂਕ ਕਰਾਂ, ਮੈਂ ਰਾਜਸਥਾਨ ਜਾ ਕੇ ਵੀ ਕਰਾਂ, ਮੈਂ ਹਰਿਆਣੇ ਜਾ ਕੇ ਵੀ ਕਰਾਂ। ਸੋ ਇਹ ਪੰਜਾਬ ਦਾ ਮਾਣ ਹੈ, ਮੈਂ ਪੰਜਾਬ ਦੀ ਧੀ ਮੰਨ ਕੇ ਸਾਰੀਆਂ ਸਟੇਟਾਂ ਦੇ ਵਿੱਚ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਦੀ ਹਾਂ। ਕੁਝ ਲੋਕ ਇਹੋ ਜਿਹੇ ਵੀ ਨੇ ਜਿਨ੍ਹਾਂ ਦੀਆਂ ਅੱਖਾਂ 'ਚ ਰੜਕਦੀ ਵੀ ਹੈ ਸੋਨੀਆ ਮਾਨ, ਉਹਨਾਂ ਲਈ ਕੀ ਸੰਦੇਸ਼? ਦੇਖੋ ਗਲਤ ਲੋਕਾਂ ਦੀ ਨਜ਼ਰਾਂ ਦੇ ਵਿੱਚ ਮੈਂ ਰੜਕੂੰਗੀ ਅਤੇ ਮੈਂ ਰੜਕਦੀ ਹੀ ਰਹੂੰਗੀ। ਜਿਹੜਾ ਗਲਤ ਕੰਮ ਕਰੂਗਾ ਭਾਵੇਂ ਉਹ ਕੋਈ ਵੀ ਹੈ, ਭਾਵੇਂ ਉਹ ਕੋਈ ਮਿਨਿਸਟਰ ਹੈ, ਭਾਵੇਂ ਉਹ ਕੋਈ ਸਿਆਸਤਕਾਰ ਹੈ, ਭਾਵੇਂ ਕੋਈ MLA ਹੈ, ਭਾਵੇਂ ਜਿਹੜਾ ਮਰਜ਼ੀ ਹੈ, ਮੈਂ ਉਹਦੇ ਖਿਲਾਫ਼ ਬੋਲੂੰਗੀ ਹੀ। ਇਹ ਗੱਲ ਸ਼ਬਦ ਮੇਰੀ ਮਾਂ ਵੀ ਮੈਨੂੰ ਕਹਿੰਦੀ ਹੈ ਤੈਨੂੰ ਕੀ ਲੈਣਾ ਦੇਣਾ, ਕਿਉਂਕਿ ਇੱਕ ਮਾਂ ਨੂੰ ਡਰ ਲੱਗਦਾ ਹੈ। ਘਰ ਦੇ ਵਿੱਚ ਆਲਰੇਡੀ ਮੇਰੇ ਫਾਦਰ ਸਾਹਿਬ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਔਰ ਉਹ ਵੀ ਮੇਰੇ ਵਾਂਗੂ ਹੀ ਬੋਲਦੇ ਸੀਗੇ, ਨਾ ਡਰਦੇ ਸੀਗੇ ਨਾ। ਮੈਂ ਵੀ ਅੱਜ ਉਵੇਂ ਬੋਲਦੀ ਹਾਂ ਕਿਉਂਕਿ ਮੈਂ ਉਹਨਾਂ ਦੀ ਧੀ ਹਾਂ। ਮੇਰੇ ਮੰਮਾ ਦੀ 18 ਸਾਲ ਉਮਰ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਉਹਨਾਂ ਨੇ ਸਾਰੀ ਜ਼ਿੰਦਗੀ ਐਵੇਂ ਹੀ ਮੇਰੇ ਕਰਕੇ ਕੱਟੀ ਹੈ। ਤੋ ਇੱਕ ਮਾਂ ਕੋਲ ਇੱਕੋ ਧੀ ਹੈ, ਉਹਨਾਂ ਨੂੰ ਡਰ ਤਾਂ ਲੱਗਦਾ ਹੀ ਹੈ ਨਾ ਵੀ ਇਹ ਵੀ ਆਪਣੇ ਪਿਓ ਦੇ ਰਾਹ 'ਤੇ ਤੁਰ ਪਈ, ਤੈਨੂੰ ਕੀ ਲੋੜ ਪਈ ਹੈ ਬੋਲਦੀਆਂ, ਤੂੰ ਛੱਡ ਪਰਾਂ, ਤੂੰ ਆਪਣਾ ਕਿਸਾਨੀ ਅੰਦੋਲਨ 'ਤੇ ਫੋਕਸ ਕਰ ਅਤੇ ਇਹਨੇ ਬਿੱਲਾਂ ਸਮਝਾਇਆ ਕਰ, ਬਾਕੀ ਤੈਨੂੰ ਬੋਲਣ ਦੀ ਕੀ ਲੋੜ ਹੈ, ਜਿਹਨੇ ਜੋ ਕਰਨਾ ਕਰ ਲਏ। ਬਟ ਫਿਰ ਵੀ ਮੈਂ ਸੋਚਦੀ ਹਾਂ ਨਹੀਂ, ਜੋ ਗਲਤ ਹੈ ਉਹਨੂੰ ਗਲਤ ਕਹੂੰਗੀ, ਜੋ ਸਹੀ ਹੈ ਉਹਨੂੰ ਸਹੀ ਕਹੂੰਗੀ। ਜਿੱਥੇ ਆਪਾਂ ਮੋਦੀ ਦੇ ਖਿਲਾਫ਼ ਬੋਲ ਰਹੇ ਹਾਂ ਅਤੇ ਉੱਥੇ ਆਪਾਂ ਆਮ ਮਿਨਿਸਟਰ MLA ਦੇ ਖਿਲਾਫ਼ ਕਿਉਂ ਨਾ ਬੋਲੀਏ ਬਈ, ਜਿਹੜੇ ਗਲਤ ਆ ਉਹਨਾਂ ਦੇ ਖਿਲਾਫ਼ ਬੋਲਾਂਗੇ। ਅੱਜ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤੁਸੀਂ ਵੀ ਆਪਣਾ ਸਮਰਥਨ ਦਿੱਤਾ ਵਾ, ਲੋਕਾਂ ਦੇ ਵੱਲੋਂ ਕਿਉਂ ਜਿਹਾ ਹੁੰਗਾਰਾ ਮਿਲਿਆ? ਬਹੁਤ ਵਧੀਆ ਮਿਲਿਆ। ਇਨਫੈਕਟ ਰੋਪੜ ਦੇ ਅੱਗੇ ਵੀ ਨਵਾਂ ਸ਼ਹਿਰ ਤੱਕ ਬੁਲਾਇਆ ਹੋਇਆ ਸੀਗਾ, ਬਟ ਇੰਨੇ ਮੋਰਚੇ ਸੀਗੇ ਕਿ ਮੇਰੇ ਕੋਲ ਉੱਥੇ ਤੱਕ ਪਹੁੰਚਿਆ ਹੀ ਨਹੀਂ ਗਿਆ, ਕਿਉਂਕਿ 4 ਵੱਜ ਜਾਣੇ ਸੀਗੇ, ਫਿਰ ਜਾਣ ਦਾ ਕੋਈ ਫਾਇਦਾ ਨਹੀਂ ਸੀਗਾ। ਬਟ ਅੱਜ ਜਿੱਥੋਂ ਜਿੱਥੋਂ ਹੋ ਸਕਿਆ ਸਾਰੇ ਕਿਤੇ ਅਸੀਂ ਗਏ ਹਾਂ। ਲੱਗਦਾ ਮੋਦੀ ਸਰਕਾਰ ਤੱਕ ਅੱਜ ਆਵਾਜ਼ ਗਈ? ਦੇਖੋ ਮੋਦੀ ਸਰਕਾਰ ਤੱਕ ਨਾ ਪੰਜਾਬ ਦੀ ਆਵਾਜ਼ ਦਾ ਕੋਈ ਫਰਕ ਨਹੀਂ ਪੈਣਾ ਜ਼ਿਆਦਾ, ਕਿਉਂਕਿ ਪੰਜਾਬ ਹਰਿਆਣਾ ਨੂੰ ਉਹ ਕੁਛ ਨਹੀਂ ਸਮਝਦੇ, ਉਹ ਸਮਝਦੇ ਆ ਯੂਪੀ ਨੂੰ, ਕਿਉਂਕਿ ਯੂਪੀ ਤੋਂ ਪ੍ਰਧਾਨ ਮੰਤਰੀ ਬਣਦਾ ਔਰ ਉਹ ਓਵਰ ਕੌਨਫੀਡੈਂਸ ਮੋਦੀ ਜੀ ਨੂੰ ਲੈ ਕੇ ਬੈਠਾ ਹੈ ਵੀ ਯੋਗੀ ਦੁਬਾਰਾ ਆਊਗਾ, ਅਤੇ ਉਹ ਯੋਗੀ ਜਿਹੜਾ ਹੈ ਉਹ ਨਹੀਂ ਆਉਣਾ ਚਾਹੀਦਾ। ਉਹਦਾ ਵਿਰੋਧ ਕਰਨ ਵਾਸਤੇ BJP ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਦੇ ਵਿੱਚ ਸ਼ਮੂਲੀਅਤ ਪਾਉਣੀ ਚਾਹੀਦੀ ਯੂਪੀ ਦੇ ਵਿੱਚ, ਜਿਹੜੀਆਂ ਕਿ ਹੁਣ ਮੈਂ ਸਟਾਰਟ ਕੀਤੀਆਂ ਨੇ। ਮੈਂ ਪਹਿਲਾਂ ਹਰਿਆਣੇ 'ਚ ਜ਼ਿਆਦਾ ਐਕਟਿਵ ਸੀ, ਪੰਜਾਬ 'ਚ ਐਕਟਿਵ ਸੀਗੀ, ਹੁਣ ਮੈਂ ਮੋਹਾਲੀ ਦੇ ਆਲੇ ਦੁਆਲੇ ਪਿੰਡਾਂ 'ਚ ਜ਼ਿਆਦਾ ਹਾਂ, ਜਿੱਥੇ ਲੋਕਾਂ ਦੀਆਂ ਜ਼ਮੀਨਾਂ ਮਹਿੰਗੀਆਂ ਸੀਗੀਆਂ, ਲੋਕ ਜਾਂਦੇ ਨਹੀਂ ਸੀਗੇ, ਮੈਂ ਉੱਥੇ ਜਾ ਕੇ ਵੀ ਆ ਕੋਸ਼ਿਸ਼ ਕੀਤੀ ਆ ਰੈਲੀ ਕਰਨ ਦੀ। ਹੁਣ ਇਸ ਤੋਂ ਬਾਅਦ ਮੇਰੀ ਡਿਊਟੀ ਹੈ ਯੂਪੀ ਵੱਲ,
दो तीन रैलियां उत्थे दियां भी हैगियां ने, फिर राजस्थान दियां भी आ, जिथे जिथे लगूगा भी हाँ लोकी नहीं जा रहे उत्थे उत्थे असीं पहुंचांगे। सोशल मीडिया प्लेटफॉर्म जिहड़ा हैगा उह दो वर्गां दे विच वंड चुक्या वा। एक वर्ग कहिंदा कि वी जिहड़े किसान ने जथेबंदियां ने उन्हां नूं सियासत दे विच उतरना चाहीदा, कुछ कहिंदे ने कि नहीं उतरना चाहीदा, तुहाडा की जवाब है? ਵੇਖੋ ਮੈਂ ਇਹ ਕਹਿੰਦੀ ਹਾਂ ਵੀ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਆ। ਮੈਂ ਆਹ ਨਹੀਂ ਕਹਿੰਦੀ ਕਿ ਕਿਸਾਨ ਜਥੇਬੰਦੀਆਂ ਨੂੰ ਆਉਣਾ ਚਾਹੀਦਾ, ਮੈਂ ਕਹਿੰਦੀ ਵੀ ਜਥੇਬੰਦੀਆਂ ਇੱਕ ਹੁੰਦੀਆਂ ਨੇ, ਇੱਕ ਨੋਨ ਗਵਰਨਮੈਂਟ ਔਰਗਨਾਈਜੇਸ਼ਨਸ ਹੁੰਦੀਆਂ ਨੇ ਜਿਹੜੀਆਂ ਲੜਦੀਆਂ ਨੇ ਗਵਰਨਮੈਂਟ ਦੇ ਅਗੇਂਸਟ, ਬਟ ਕੁਛ ਇਹੋ ਜਿਹੇ ਚਿਹਰੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਚਾਹੀਦਾ ਆ ਆਉਣਾ, ਚੰਗੇ ਲੋਕਾਂ ਨੂੰ ਆਉਣਾ ਚਾਹੀਦਾ। ਜੇ ਚੰਗੇ ਲੋਕ ਨਹੀਂ ਆਉਣਗੇ ਮੈਨੂੰ ਇਹ ਦੱਸੋ, ਫਿਰ ਤੋਂ ਇਹੀ ਰਿਪੀਟ ਹੋਈ ਜਾਣਗੇ, ਫਿਰ ਜਿਹੜਾ ਅੱਜ ਆਪਾਂ ਮੋਰਚਾ ਵੇਖਦੇ ਹਾਂ ਕੱਲ੍ਹ ਨੂੰ ਇਹ ਫਿਰ ਇਹੋ ਜਿਹਾ ਇੱਕ ਹੋਰ ਮੋਰਚਾ ਵੇਖਾਂਗੇ। ਪੰਜਾਬ ਦੀ ਰਾਜਨੀਤੀ 'ਤੇ ਕਿੰਨਾ ਕੁ ਪ੍ਰਭਾਵ ਸਮਝਦੇ ਹੋ ਕਿਸਾਨ ਅੰਦੋਲਨ? ਬਹੁਤ ਵੱਡਾ ਪ੍ਰਭਾਵ ਹੈ। ਅੱਜ ਪੰਜਾਬ ਦੇ ਵਿੱਚ ਸੀਐਮ ਚੇਂਜ ਕਰ ਦਿੱਤਾ, ਪੰਜਾਬ ਦੀ ਰਾਜਨੀਤੀ ਹਿਲਾਈ ਹੋਈ ਹੈ ਪੂਰੀ। ਅੱਜ ਪੰਜਾਬ ਦੀ ਰਾਜਨੀਤੀ 'ਤੇ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹਦੀ ਸਰਕਾਰ ਆਉਣੀ ਹੈ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਅੱਜ ਪੰਜਾਬ ਦੇ ਵਿੱਚ ਇੰਨਾ ਇਨਕਲਾਬ ਹੈ ਕਿ ਸੀਐਮ ਕੈਂਡੀਡੇਟਸ ਤੋਂ ਕੁਐਸਚਨ ਪੁੱਛੇ ਜਾਂਦੇ ਨੇ ਵੀ ਤੁਸੀਂ ਸਾਡੇ ਪੰਜਾਬ ਵਾਸਤੇ ਕੀ ਕੀਤਾ, ਇਸ ਤੋਂ ਵੱਡੀ ਕ੍ਰਾਂਤੀਕਾਰੀ ਕਿੱਥੋਂ ਕ੍ਰਾਂਤੀ ਕਿੱਥੋਂ ਆ ਸਕਦੀ ਹੈ। ਸੋ ਮੈਂ ਅੱਗੇ ਉਹਨਾਂ ਨੂੰ ਵੀ ਕਹਿ ਕੇ ਹਟੀ ਹਾਂ ਕਿ ਪੰਜਾਬ ਦੇ ਵਿੱਚ ਸੀਐਮ ਕੈਂਡੀਡੇਟ ਬਦਲਣ ਦੇ ਨਾਲ ਪੰਜਾਬ ਸਹੀ ਨਹੀਂ ਹੋਣਾ। ਪੰਜਾਬ ਦੇ 117 ਸੀਟਾਂ ਦੇ ਉੱਤੇ ਜਿਹੜੇ MLA ਖੜ੍ਹੇ ਕਰਦੇ ਹੋ ਉਹਨਾਂ ਨੂੰ ਵੀ ਚੇਂਜ ਕਰੋ। ਜਿਹੜੀ ਕਾਲਾਬਾਜ਼ਾਰੀ, ਜਿਹੜੀ ਰੇਤਾ ਮਾਫੀਆ ਉਹਨਾਂ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਚੇਂਜ ਕਰੋ, ਤਦ ਜਾ ਕੇ ਇਨਕਲਾਬ ਆਊਗਾ, ਚੰਗੇ ਲੋਕ ਲੈ ਕੇ ਆਓ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਐਲੀਗੇਸ਼ਨ ਲਗਾਏ ਨੇ ਅਕਾਲੀ ਸਰਕਾਰ ਦੇ ਕਿ ਵੀ ਇਹਨਾਂ ਦੀ ਦੇਣ ਨੇ ਕਾਲੇ ਕਾਨੂੰਨ, ਇਹਨਾਂ ਨੇ ਇੱਕ ਜਿਹੜਾ ਪਹਿਲਾਂ ਸਟਰਕਚਰ ਤਿਆਰ ਕੀਤਾ ਸੀਗਾ ਪੰਜਾਬ ਦੇ ਵਿੱਚ, ਆਰਡੀਨੈਂਸ ਲਿਆਂਦਾ ਸੀਗਾ, ਉਸ ਤੋਂ ਬਾਅਦ 'ਚ ਉਹੀ ਚੀਜ਼ ਕੇਂਦਰ ਸਰਕਾਰ ਨੇ ਅਪਲਾਈ ਕੀਤੀ ਆ, ਮੰਨਦੇ ਹੋ ਤੁਸੀਂ ਇਸ ਚੀਜ਼? ਵੇਖੋ ਜੀ, ਇਹਦੇ ਵਿੱਚ ਸਾਰਿਆਂ ਦਾ ਹੀ ਹੱਥ ਹੈ, ਇਹਦੇ ਵਿੱਚ ਇੱਕ ਬੰਦੇ ਦਾ ਹੱਥ ਨਹੀਂ ਗਾ। ਇਹਦੇ ਵਿੱਚ ਜਿੰਨੇ ਮੈਂਬਰ ਆਫ ਪਾਰਲੀਮੈਂਟ ਉੱਥੇ ਜਿੰਨੇ ਬੁੱਧੀਜੀਵੀ ਬਹਿੰਦੇ ਆ ਨਾ, ਸਾਰਿਆਂ ਦਾ ਹੀ ਹੱਥ ਹੁੰਦਾ, ਸਾਰਿਆਂ ਨੂੰ ਪਤਾ ਹੁੰਦਾ ਵੀ ਕੀ ਹੋਣ ਡਿਆ ਹੈ। ਹੁਣ ਇੱਕ ਦੂਜੇ 'ਤੇ ਥੋਪੀ ਜਾਓਗੇ ਉਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ। ਰਾਈਟ ਨਾਓ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਪੰਜਾਬ ਦੀ ਜਿਹੜੀ ਸਿਆਸਤ ਆ ਅੱਜ ਕਾਂਗਰਸ ਦੀ, ਚੰਨੀ ਸਾਹਿਬ ਤੁਸੀਂ ਲਿਆਂਦੇ, ਪੰਜਾਬ ਨੂੰ ਧਰਮਾਂ ਜਾਤਾਂ ਦੇ ਵਿੱਚ ਨਾ ਵੰਡੋ। ਪੰਜਾਬ ਸਾਡਾ ਯੂਨਾਈਟਿਡ ਆ, ਸਾਡੇ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕੋਈ ਦਲਿਤ ਚਿਹਰਾ ਆਵੇ, ਕੋਈ ਫਰਕ ਨਹੀਂ ਪੈਂਦਾ ਕੋਈ ਹਿੰਦੂ ਚਿਹਰਾ ਆਵੇ, ਸਿੱਖ ਚਿਹਰਾ ਆਵੇ, ਆਪਾਂ ਸਾਰੇ ਇੱਕ ਬਰਾਬਰ ਹਾਂ, ਸਾਨੂੰ ਨਹੀਂ ਫਰਕ ਪੈਂਦਾ। ਸਾਨੂੰ ਫਰਕ ਪੈਂਦਾ ਆ ਵੀ ਚੰਗਾ ਬੰਦਾ ਆਉਣਾ ਚਾਹੀਦਾ ਬਈ, ਚੰਗਾ ਸੋਚੇ, ਜਿਹੜਾ ਨੋਨ ਕਰਪਸ਼ਨ ਕਰੇ। ਜਿਹੜੀ ਚੰਨੀ ਸਾਹਿਬ ਨੂੰ ਵੀ ਇਹੀ ਕਹਿੰਦੇ, ਜੇ ਚੰਨੀ ਸਾਹਿਬ ਲੈ ਕੇ ਆਉਂਦੇ ਆ ਵੀ ਚੰਨੀ ਸਾਹਿਬ ਤੁਹਾਡੇ MLA ਜਿਹੜੇ ਥੱਲੇ ਤੁਸੀਂ ਮਿਨਿਸਟਰੀਆਂ ਚੇਂਜ ਕੀਤੀਆਂ ਨੇ, ਮਿਨਿਸਟਰੀਆਂ ਤੋਂ ਲਾਏ ਨੇ, ਦੂਜੇ ਵੀ ਲਾਓ, ਜਿਹੜੇ ਦੂਜੇ ਵੀ ਮਾਝੇ ਵਾਲੇ ਬੰਨੇ ਵੀ ਹੈਗੇ ਆ ਕਈ, ਜਿਨ੍ਹਾਂ ਨੇ ਰੇਤ ਮਾਫੀਆ ਇੰਨਾ ਕੀਤਾ ਹੋਇਆ, ਉਹਨਾਂ ਵੱਲ ਵੀ ਥੋੜ੍ਹਾ ਜਿਹਾ ਧਿਆਨ ਦੇ ਲਓ। ਇਕੱਲਾ ਇਹ ਨਾ ਧਿਆਨ ਦਿਓ ਵੀ ਇਹ ਕੈਪਟਨ ਦੇ ਧੜੇ ਦੇ ਸੀਗੇ, ਇਹ ਸਿੱਧੂ ਸਾਹਿਬ ਦੇ ਧੜੇ ਦੇ ਸੀਗੇ। ਹੱਥ ਜੋੜ ਕੇ ਬੇਨਤੀ ਆ ਵੀ ਪੰਜਾਬ ਨੂੰ ਇੱਕ ਪਾਰਖੀ ਨਜ਼ਰ ਨਾਲ ਦੇਖੋ, ਬਰਾਬਰਤਾ ਦੇ ਨਾਲ ਦੇਖੋ ਕਿ ਕਿਹੜੇ ਚੰਗੇ ਨੇ ਕਿਹੜੇ ਮਾੜੇ ਨੇ। ਤੁਸੀਂ ਖੁਦ ਕਹਿੰਦੇ ਹੋ ਵੀ ਮੈਂ, ਮੇਰਾ ਭਾਂਡਾ ਓਨਾ ਵੱਡਾ ਨਹੀਂ ਸੀਗਾ ਕਿ ਮੈਨੂੰ ਜਿੰਨਾ ਦੇ ਦਿੱਤਾ, ਤੁਸੀਂ ਖੁਦ ਕਹਿੰਦੇ ਹੋ ਮੈਂ ਨੋਨ ਪੋਲੀਟੀਕਲ ਫੈਮਿਲੀ ਬੈਕਗਰਾਊਂਡ ਨੂੰ ਬਿਲੋਂਗ ਕਰਦਾ, ਮੈਂ ਅੱਜ ਬੈਠਾ ਹਾਂ। ਰੱਬ ਸਾਰਿਆਂ ਨੂੰ ਉਹ ਪਦਵੀ ਨਹੀਂ ਦਿੰਦਾ, ਜੇ ਰੱਬ ਨੇ ਅੱਜ ਤੁਹਾਨੂੰ ਉਹ ਪਦਵੀ ਬਖਸ਼ੀ ਹੈ ਨਾ, ਪਤਾ ਨਹੀਂ ਕਿੰਨੇ ਟਾਈਮ ਵਾਸਤੇ ਬਖਸ਼ੀ ਆ, ਚੰਗੇ ਕੰਮ ਕਰ ਲਓ। ਜਿੰਨੇ MLA ਤੁਹਾਨੂੰ ਲੱਗਦਾ ਆ ਵੀ ਰੇਤ ਮਾਫੀਆ ਕਰਦੇ ਆ, ਗਲਤ ਕੰਮ ਕਰਦੇ ਆ, ਉਹਨਾਂ ਨੂੰ ਹਟਾ ਦਿਓ, ਉਹਨਾਂ ਨੂੰ ਟਿਕਟਾਂ ਨਾ ਦਿਓ। ਹੈ ਜਿਹੜੇ ਲੋਕਾਂ ਨੇ ਅੱਜ ਕਿਸਾਨ ਅੰਦੋਲਨ ਦੇ ਵਿੱਚ, ਲਾਸਟ ਕੁਐਸਚਨ ਹੈ, ਕੀ ਸੰਦੇਸ਼ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੱਜ ਐਡਾ ਵੱਡਾ ਹੁੰਗਾਰਾ ਕਿਸਾਨ ਅੰਦੋਲਨ ਦੇ ਲਈ ਦਿੱਤਾ? ਬਹੁਤ ਵਧੀਆ ਗੱਲ ਆ, ਮੈਂ ਤਾਂ ਕਹਿੰਦੀ ਹਾਂ ਇਹੀ ਲੋਕਾਂ ਕਰਕੇ ਸਾਡਾ ਅੰਦੋਲਨ ਜ਼ਿੰਦਾ ਆ, ਇਹੀ ਲੋਕਾਂ ਕਰਕੇ ਅੱਜ ਆਪਾਂ ਆਪਣਾ ਮੋਰਚਾ ਫਤਿਹ ਕਰਾਂਗੇ। ਸ਼ੁਕਰੀਆ। ਸੋ ਗੱਲਬਾਤ ਹੋਈ ਹੈ ਸੋਨੀਆ ਮਾਨ ਹੋਣਾ ਦੇ ਨਾਲ, ਬੜੇ ਹੀ ਉਹਨਾਂ ਨੇ ਵੱਖ ਰੱਖੇ ਨੇ ਪੋਲੀਟੀਕਲ, ਜਿਹੜੇ ਐਂਗਲ, ਜਿਹੜੇ ਪੋਲੀਟੀਕਲ ਸਮੀਕਰਨ ਪੰਜਾਬ ਦੇ ਵਿੱਚ ਚੱਲਦੇ ਪਏ ਨੇ, ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਵੱਖ ਰੱਖੇ ਨੇ, ਬਾਖੂਬੀ ਉਹਨਾਂ ਗੱਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਨੇ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ, ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ।